ਬਾਣੀ ਦੇ ਨਾਲ ਪਿੰਗਲੇ ਪਰਬਤ ਚੜ ਕੇ ਮੂਰਖ ਸਿਆਣੇ ਹੋ ਗਏ। ਤੇ ਗੁਰੂ ਪਿਆਰਿਓ ਸਾਡੇ ਬਹੁਤ ਹੀ ਸਤਿਕਾਰ ਯੋਗ ਸਵਰਗਵਾਸੀ ਸਰਦਾਰ ਪਿਆਰਾ ਲਾਲ ਜੀ, ਬਹੁਤ ਹੀ ਉੱਚ ਕੋਟੀ ਦੇ ਵਿਦਵਾਨ, ਗਿਆਨਵਾਨ ਇਨਸਾਨ, ਜਿਨ੍ਹਾਂ ਤੋਂ ਅਸੀਂ ਵੀ ਬਹੁਤ ਕੁਝ ਸਿੱਖਿਆ। ਬੜਾ ਉਪਦੇਸ਼ ਵਧੀਆ ਦਿੰਦੇ ਸੀ ਬਾਣੀ ਦਾ। ਗੁਰੂ ਪਿਆਰਿਓ ਭਾਗਾਂ ਵਾਲੇ ਜਿਹੜੇ ਉਹਨਾਂ ਦੇ ਨਾਲ ਰਹੇ ਨੇ, ਬਹੁਤ ਹੀ ਵਧੀਆ ਵਿਚਾਰ ਸਨ ਉਹਨਾਂ ਦੇ, ਬੜੇ ਮਿੱਠ ਬੋਲਣੇ। ਜਿਨ੍ਹਾਂ ਨੇ ਆਪਣੇ ਸਰੀਰ ਦਾ, ਆਪਣੇ ਦੇਹੀ ਦਾ ਲਾਹਾ ਲਿਆ ਇਸ ਦੁਨੀਆਂ ਦੇ ਵਿੱਚ ਆ ਕੇ, ਸਰਗਵਾਸੀ ਸਰਦਾਰ ਪਿਆਰਾ ਸਰਦਾਰ ਜੀ, ਗੁਰੂ ਪਿਆਰਿਓ ਆਪਾਂ ਆਪਣੇ ਆਪ ਨੂੰ ਪੁੱਛੀਏ, ਭਾਈ ਆਪਾਂ ਕੀ ਲਾਹਾ ਲਿਆ ਆਪਣੇ ਸਰੀਰ ਦਾ? ਮਹਾਰਾਜ ਦੀ ਬਾਣੀ ਫਰਮਾਉਂਦੀ ਹੈ, ਇਹ ਸਰੀਰਾ ਮੇਰਿਆ ਇਸ ਜਗ ਮਹਿ ਆਇਕੇ, ਕੀ ਕਰਮ ਕਮਾਇਆ ਤੁਧ ਸਰੀਰਾ, ਦਾ ਤੂੰ ਜਗ ਮਹਿ ਆਇਆ। ਕਿਆ ਤੁਧ ਕਰਮ ਕਮਾਇਆ ਸਰੀਰਾ ਮੇਰਿਆ, ਕਿਆ ਤੁਧ ਕਰਮ ਕਮਾਇਆ ਸਰੀਰਾ। ਕਿਆ ਤੁਧ ਕਰਮ ਕਮਾਇਆ ਸ਼ਰੀਰਾ ਮੇਰਿਆ।
Yeah.
ਕਬੀਰ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਥ ਪਾਏ ਕੁਹਾੜਾ ਮਾਰਿਆ ਗਾਫਲ ਅਪਨੇ ਹੱਥ ਤੇ ਗੁਰੂ ਕਹਿ ਸੰਤ ਬਾਬਾ ਬ੍ਰਹਮਲੀ ਸੰਤ ਬਾਬਾ ਬੂਟਾ ਦਾਸ ਜੀ ਭਰਨ ਤੋਂ ਡੁਬਕੀ ਵਾਲੇ ਬੜੇ ਹੀ ਵਿਦਵਾਨ ਉਹ ਮਹਾਰਾਜ ਦੀ ਸਿਫਤੀ ਦੇ ਵਿੱਚ ਲਿਖਦੇ ਨੇ ਮਹਾਰਾਜ ਨੂੰ ਫਰਮਾਉਂਦੇ ਨੇ ਮਹਾਰਾਜ ਜੀ ਕੋਈ ਐਸੀ ਯੁਗਤੀ ਦੱਸੋ ਜਿਹਦੇ ਨਾਲ ਮੈਂ ਤੁਹਾਡਾ ਸਿਮਰਨ ਕਰ ਸਕਾਂ ਮਹਾਰਾਜ ਜੀ ਨੂੰ ਫਰਮਾਉਂਦੇ ਨੇ ਸੰਤ ਬਾਬਾ ਜੀ ਸਤਿਗੁਰ ਐਸੀ ਯੁਗਤ ਜੋ ਕਿ ਪਰਿਵਾਰ ਨੂੰ ਸਦੀਵੀ ਵਿਛੋੜਾ ਦੇਵੇ ਗੁਰੂ ਤੇਗ ਸਾਹਿਬ ਜੀ ਪਰ ਗੁਰੂ ਪਿਆਰੇ ਸਾਹਿਬ ਸਿੰਘ ਜੀ ਮਰਨਾ ਸਭ ਨੇ ਹੈ ਪਰ ਆ ਕੇ ਕੁਝ ਕਰਕੇ ਜਾਣਾ ਆਪਣੀ ਦਸਾਂ ਨੌਂ ਦੀ ਕਿਰਤ ਕਮਾਈ ਕਰਕੇ ਪਰਿਵਾਰ ਦੀ ਪਾਲ ਪੋਸ਼ਣਾ ਕੀਤੀ ਹੈ ਉਪਰੰਤ ਗੁਰੂ ਮਹਾਰਾਜ ਜੀ ਦੇ ਚਰਨਾਂ ਨਾਲ ਜੁੜ ਕੇ ਆਪਣਾ ਜੀਵਨ ਬਤੀਤ ਕੀਤਾ ਗੁਰੂ ਪਿਆਰੇ ਸਾਹਿਬ ਸਿੰਘ ਸਾਹਿਬ ਇਲਾਕੇ ਦੇ ਜੋ ਨਗਰ ਵਾਸੀਆਂ ਜਾਣਦੇ ਹਨ ਕਿੰਨਾ ਕਿ ਮਿੱਠ ਬੋਲਣਾ ਸੁਭਾਅ ਸੀ ਉਹਨਾਂ ਦਾ ਗੁਰੂ ਪਿਆਰੇ ਸਾਹਿਬ ਸਿੰਘ ਜੀ ਦਾਸ ਦੀ ਬੜੀ ਸੰਗਤ ਹੁੰਦੀ ਰਹਿੰਦੀ ਸੀ ਉਹਨਾਂ ਨਾਲ ਗੁਰੂ ਪਿਆਰੇ ਸਾਹਿਬ ਸਿੰਘ ਜੀ ਫਿਰ ਇਹਦੇ ਗੁਰੂ ਘਰ ਨੂੰ ਦੇਣ ਹੈ ਉਹਨਾਂ ਦੀ ਅੱਜ ਉਹ ਚਿਹਰਾ ਨਜ਼ਰ ਨਹੀਂ ਆ ਰਿਹਾ ਗੁਰੂ ਪਿਆਰੇ ਸਾਹਿਬ ਸਿੰਘ ਦੇ ਸਪੁੱਤਰ ਉਹਨਾਂ ਦੇ ਪੋਤੀਆਂ ਪੋਤੀਆਂ ਕਿਉਂਕਿ ਭਾਈ ਜਾਣਾ ਸਭ ਨੇ ਹੈ ਪ੍ਰਗਟ ਬਾਣੀ ਫਰਮਾਉਂਦੀ ਹੈ ਕਿ ਗੁਰੂ ਕੋ ਗਤ ਨਾਹੀ ਕਾਈ ਇਨਸਾਨ ਨੂੰ ਗੁਰੂ ਵਾਲੇ ਹੋਣਾ ਜ਼ਰੂਰੀ ਹੈ ਗੁਰੂ ਪਿਆਰੇ ਸਾਹਿਬ ਸਿੰਘ ਅੰਮ੍ਰਿਤ ਪਾਨ ਕਰੀਏ ਜਾਂ ਨਾਮ ਦਾ ਲਈਏ ਗੱਲ ਇੱਕ ਹੈ ਗੁਰੂ ਵਾਲੇ ਹੋ ਕੇ ਆਪਣਾ ਜੀਵਨ ਬਤੀਤ ਕਰੀਏ ਜਿਸ ਤਰ੍ਹਾਂ ਸਰਦਾਰ ਪਿਆਰਾ ਨਾਮ ਜੀ ਕਰਕੇ ਗਏ ਹਨ ਗੁਰੂ ਪਿਆਰੇ ਸਾਹਿਬ ਸਿੰਘ ਜੀ ਇਹ ਸਵਾਸਾਂ ਦਾ ਸਫ਼ਰ ਹੈ ਜਦੋਂ ਮਾਲਕ ਇਨਸਾਨ ਨੂੰ ਭੇਜਦਾ ਹੈ ਸਵਾਸਾਂ ਦਾ ਸਫ਼ਰ ਦੇ ਕੇ ਭੇਜਦਾ ਹੈ ਜਦੋਂ ਸਵਾਸਾਂ ਦਾ ਸਫ਼ਰ ਪੂਰਾ ਹੋ ਜਾਂਦਾ ਹੈ ਇਧਰੋਂ ਇਨਸਾਨ ਕੁਝ ਨਹੀਂ ਲੈ ਕੇ ਜਾਂਦਾ ਇੱਕ ਨਾਮ ਦਾ ਖਜ਼ਾਨਾ ਲੈ ਕੇ ਜਾਂਦਾ ਹੈ ਤੇ ਉਹਦੀ ਬੋਲ ਬਾਣੀ ਕਬੀਰ ਸਾਹਿਬ ਫਰਮਾਉਂਦੇ ਹਨ ਕਬੀਰ ਜਪ ਹਮ ਆਏ ਜਗ ਤਵੇ ਜਗ ਹੱਸਾ ਹਮ ਰੋਏ ਐਸੀ ਕਰਨੀ ਕਰ ਚੱਲੇ ਹਮ ਹੱਸੇ ਜਗ ਰੋਏ ਭਾਈ ਆਪਣਿਆਂ ਦਾ ਰੋਣਾ ਹੈ ਸਾਖ ਸੰਬੰਧੀਆਂ ਦਾ ਰੋਣਾ ਹੈ ਪਿਆਰ ਹੈ ਉਹਨਾਂ ਦਾ ਸੁਨੇਹ ਹੈ
ਇਹਨੂੰ ਰਾਹ ਜਾਂਦਾ ਵਾਟੀ ਵੀ ਰੋਵੇ ਕਿ ਬਹੁਤ ਵਧੀਆ ਇਨਸਾਨ ਸੀ। ਇੱਦਾਂ ਦੇ ਕਰਮ ਕਰਕੇ ਜਾਣਾ ਚਾਹੀਦਾ ਜਿਸ ਤਰ੍ਹਾਂ ਸਰਦਾਰ ਪਿਆਰਾ ਲਾਲ ਜੀ ਕਰਕੇ ਗਏ ਹਨ, ਪਰਿਵਾਰ ਨੂੰ ਚੰਗੀ ਸਿਹਤ ਦੇ ਗਏ ਹਨ, ਗੁਰੂ ਗ੍ਰੰਥ ਸਾਹਿਬ ਸਿੰਘ ਜੀ ਆਪਣੀ ਕਿਰਤ ਕਮਾਈ ਕਰਕੇ। ਸੋ ਅੱਜ ਉਹਨਾਂ ਦੇ ਪੋਤੀਆਂ ਪੋਤੇ ਬੇਟੇ ਜੋ ਕਿ ਚਿਹਰਾ ਨਜ਼ਰ ਆਉਂਦਾ ਸੀ, ਮੌਤ ਵੀ ਕਿਸ ਤਰ੍ਹਾਂ ਦੀ ਆਈ, ਗੁਰੂ ਗ੍ਰੰਥ ਸਾਹਿਬ ਸਿੰਘ ਜੀ ਕਿ ਇੱਕ ਪੈਸਾ ਵੀ ਉਹਨਾਂ ਨੇ ਸੇਵਾ ਕਰਨ ਦਾ ਮੌਕਾ ਵੀ ਦਿੱਤਾ ਗੁਰੂ ਗ੍ਰੰਥ ਸਾਹਿਬ ਸਿੰਘ ਜੀ। ਨਹੀਂ ਤਾਂ ਦੇਖਦੇ ਹਾਂ ਆਪਾਂ ਕਿ ਘਰਾਂ ਦੇ ਘਰ ਖਾਲੀ ਹੋ ਜਾਂਦੇ ਹਨ, ਫਿਰ ਵੀ ਇਨਸਾਨ ਬਚਦਾ ਨਹੀਂ, ਡਾਕਟਰਾਂ ਦੇ ਇੰਨੇ ਖਰਚੇ ਹੋ ਜਾਂਦੇ ਹਨ। ਫਿਰ ਗੁਰੂ ਗ੍ਰੰਥ ਸਾਹਿਬ ਸਿੰਘ ਜੀ ਉਹਨਾਂ ਦੇ ਪੋਤੀਆਂ ਪੋਤੇ ਬੇਟੇ ਅੱਜ ਚਿਹਰਾ ਨਜ਼ਰ ਨਹੀਂ ਆ ਰਿਹਾ, ਕੀ ਕਹਿ ਰਹੇ ਹਨ? ਜੀਨਾ ਅੱਖਾਂ ਨੇ ਦਿਲਾਂ ਨੂੰ ਤੇਰਾ ਕੀਤਾ ਜੀ, ਅੱਜ ਉਹ ਤਰਸ ਜਦੋਂ ਸਾਰਾ ਜਗਤ ਵਿੱਚ ਆਉਂਦਾ ਹੈ ਜਿਸ ਤਰ੍ਹਾਂ ਮੁਸਾਫਰਖਾਨੇ ਵਿੱਚ
ਜਿਹੜਾ ਮੁਸਾਫਰ ਖਾਨੇ ਵਿੱਚ ਗੰਦ ਪਾ ਕੇ ਜਾਂਦਾ ਹੈ ਲੋਕ ਆਉਣ ਵਾਲਾ ਮੁਸਾਫਰ ਵੱਲੋਂ ਫਟਕਾਰਾ ਪਾਉਂਦਾ ਹੈ ਕਿ ਕਿੱਦਾਂ ਦਾ ਭੈੜਾ ਇਨਸਾਨ ਸੀ, ਕਿੱਦਾਂ ਮੁਸਾਫਰ ਖਾਨੇ ਵਿੱਚ ਗੰਦ ਪਾ ਕੇ ਗਿਆ। ਜੇਕਰ ਕੁਛ ਵਧੀਆ ਕਰਕੇ ਜਾਵਾਂਗੇ ਗੁਰੂ ਕਰੀ ਸਾਹਿਬ ਸਾਹਿਬ ਜੀ, ਜਿਹੜਾ ਆਉਣ ਵਾਲਾ ਮੁਸਾਫਰ ਹੈ ਉਹ ਆਖੇਗਾ ਕਿ ਬਹੁਤ ਵਧੀਆ ਮੁਸਾਫਰ ਸੀ ਜਿਹੜਾ ਮੇਰੇ ਤੋਂ ਪਹਿਲਾਂ ਇੱਥੇ ਰਹਿੰਦਾ ਸੀ, ਕਿੰਨਾ ਸਾਫ਼ ਸਫਾਈ ਕਰਕੇ ਗਿਆ ਹੈ, ਕਦੀ ਕਿਸੇ ਨਾਲ ਉੱਚਾ ਨੀਵਾਂ ਨਹੀਂ ਬੋਲਣਾ। ਗੁਰੂ ਕਰੀ ਸਾਹਿਬ ਸਾਹਿਬ ਜੀ ਹੋਏ, ਉਹਨਾਂ ਦੇ ਬੇਟੇ ਸਰਬਜੀਤ ਜੀ ਅਕਸਰ ਮਾਲਕ ਦੇ ਚਰਨਾਂ ਨਾਲ ਜੋੜਦੇ, ਗੁਰੂ ਕਰੀ ਸਾਹਿਬ ਸਿੰਘ ਅੰਮ੍ਰਿਤ ਵੇਲੇ ਉੱਠ ਗਏ ਗੁਰੂ ਮਹਾਰਾਜ ਜੀ ਦੀ ਬਾਣੀ ਨਾਲ ਜੁੜਨਾ ਸੌਖਾ ਨਹੀਂ ਹੁੰਦਾ। ਗੁਰੂ ਕਰੀ ਸਾਹਿਬ ਸਿੰਘ ਜੀ ਦੀ ਅਪਾਰ ਕਿਰਪਾ ਹੋ ਜਾਂਦੀ ਹੈ, ਨਹੀਂ ਤਾਂ ਬਹੁਤੇ ਆਦਮੀ ਅੰਧ ਵਿਸ਼ਵਾਸ ਦੇ ਵਿੱਚ ਸਾਰੀ ਜ਼ਿੰਦਗੀ ਐਵੇਂ ਗੁਜ਼ਾਰਦੇ ਨੇ, ਸਾਰੀ ਜ਼ਿੰਦਗੀ ਅੰਧ ਵਿਸ਼ਵਾਸ ਵਿੱਚ ਕੱਢ ਦਿੰਦੇ ਹਨ। ਬਹੁਤੇ ਆਦਮੀ ਅੰਧ ਵਿਸ਼ਵਾਸ ਦੇ ਵਿੱਚ ਸਾਰੀ ਜ਼ਿੰਦਗੀ ਐਵੇਂ ਗੁਜ਼ਾਰਦੇ ਨੇ। ਮਹਾਂਪੁਰਸ਼ਾਂ ਦੀ ਸੰਗਤ ਉਹ ਨਹੀਂ ਕਰਦਾ, ਦਰਸ਼ਨ ਕਿਵੇਂ ਹੋਣ ਪਰਬਤ ਗਾਰਦੇ ਨੇ, ਵੰਜ ਗਿਆਨ ਤੇ ਗੁਰੂ ਮਲਾ ਹੋਵੇ, ਵੰਜ ਗਿਆਨ ਤੇ ਗੁਰੂ ਮਲਾ ਹੋਵੇ ਉਸ ਨੂੰ ਭਵ ਸਾਗਰ ਚ ਉਤਾਰਦੇ ਨੇ। ਗੁਰੂ ਬਿਨਾਂ ਇਨਸਾਨ ਨੂੰ ਦੁੱਖ ਹੀ ਦੁੱਖ, ਗੁਰੂ ਬਿਨਾਂ ਇਨਸਾਨ ਨੂੰ ਦੁੱਖ ਹੀ ਦੁੱਖ। ਜਮ ਗੁਰਜਾਨ ਗੁਰਿਆਂ ਨੂੰ ਮਾਰਦੇ ਨੇ, ਵਿੱਚ ਨਿਰਮਤਾ ਜ਼ਿੰਦਗੀ ਬਸਰ ਕਰੀ ਹੈ, ਧਰਮ ਤੋੜ ਪਵਾੜਿਆ ਹੈ ਹੰਕਾਰ ਦੇ ਵਿੱਚ। ਭਾਈ ਕਦੀ ਵੀ ਕਿਸੇ ਗੱਲ ਦਾ ਮਾਣ ਹੰਕਾਰ ਨਾ ਕਰੀਏ। ਸਵਾਮ ਸਮਾਪਤੀ ਵੱਲ ਨੂੰ ਚੱਲੀਏ, ਸਮਾਂ ਜ਼ਿਆਦਾ ਹੋ ਜਾਂਦਾ ਹੈ, ਪਰ ਗੁਰੂ ਗ੍ਰੰਥ ਸਾਹਿਬ ਜੀ ਬੜੀ ਰੱਬ ਨਾਲ ਜੁੜੀ ਹੋਈ ਰੂਹ, ਕਿਉਂਕਿ ਇਨਸਾਨ ਬਾਰ ਬਾਰ ਸੰਸਾਰ ਤੇ ਨਹੀਂ ਆਉਂਦਾ। ਗੁਰੂ ਗ੍ਰੰਥ ਸਾਹਿਬ ਨੇ ਕੁਝ ਕਰਕੇ ਜਾਣਾ, ਇੱਥੋਂ ਸੋਭਾ ਲੈ ਕੇ ਜਾਣਾ। ਜਸ ਹੋਵੇ ਤਾਂ ਜੀਣਾ ਚੰਗਾ, ਨਿੰਦਿਆ ਹੋਵੇ ਤਾਂ ਮਰ ਜਾਣਾ ਚੰਗਾ। ਭਾਈ ਨਿੰਦਿਆ ਕਰਾਉਣ ਨਾਲੋਂ ਮਰ ਜਾਣਾ ਚੰਗਾ ਹੈ, ਸੋਭਾ ਕੱਟਣ ਲਈ ਇਨਸਾਨ ਜੱਗ ਤੇ ਆਇਆ ਹੈ। ਇਸ ਕਰਕੇ ਹਰੇਕ ਨਾਲ ਪ੍ਰੇਮ ਭਾਵਨਾ ਨਾਲ ਮਿਲ ਜੁਲ ਕੇ ਰਹੀ ਹੈ, ਇਹ ਸਵਾਸਾਂ ਦਾ ਕੁਝ ਨਹੀਂ ਪਤਾ ਲੱਗਦਾ ਕਦੋਂ ਡੋਰ ਟੁੱਟ ਜਾਂਦੀ ਹੈ। ਇਸ ਕਰਕੇ ਅੱਜ ਬਰਲਾਪ ਕਰਦੇ ਹਨ ਬੱਚੇ, ਬਾਬਾ ਜੀ ਸਾਡਾ ਦਿਲ ਨਹੀਂ ਹੋ ਲੱਗਣਾ, ਬਾਬਾ ਜੀ ਸਾਡਾ ਦਿਲ ਨਹੀਂ ਹੋ ਲੱਗਣਾ, ਬਾਬਾ ਜੀ ਸਾਡਾ ਦਿਲ ਨਹੀਂ ਹੋ ਲੱਗਣਾ, ਬਾਬਾ ਜੀ ਸਾਡਾ ਦਿਲ ਨਹੀਂ ਹੋ ਲੱਗਣਾ। ਮਾਲਕ ਵਿਛੜੀ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ ਕਰਨ, ਪਿਛੇ ਪਰਿਵਾਰ ਨੂੰ
ਭਾਣਾ ਮੰਨਣ ਦੇ ਬਲ ਬਖਸ਼ ਕਰਨ ਗੁਰੂ ਕਈ ਸਾਸੂ ਜੀ ਉਹਨਾਂ ਦੇ ਬੈਠਾ ਹੈ। ਇਸ ਲਈ ਮੌਤ ਦਾ ਸੁਨੇਹਾ ਆਇਆ ਗੁਰੂ ਕਈ ਸਾਸੂ ਜੀ, ਕਿਉਂਕਿ ਜਕਦਮ ਵੀ ਸਭ ਕੁਝ ਹੋ ਗਿਆ ਇੱਕ ਮਿੰਟ ਇੱਕ ਛਿਣ ਦੇ ਵਿੱਚ। ਸੋ ਗੁਰੂ ਕਈ ਸਾਧ ਸਮਝਿਓ, ਫਿਰ ਬੱਚਿਆਂ ਨੂੰ ਕੁਝ ਪਤਾ ਨਹੀਂ ਲੱਗਦਾ ਸੀ ਇਹ ਕੀ ਭਾਣਾ ਵਰਤ ਗਿਆ। ਉਸ ਮਾਲਕ ਦਾ ਭਾਣਾ ਹੈ ਹੁਕਮ ਹੈ ਉਸ ਮਾਲਕ ਦਾ। ਗੁਰਬਾਣੀ ਫਰਮਾਉਂਦੀ ਹੈ ਕਿ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਇਹ ਹੁਕਮ ਉਸ ਮਾਲਕ ਦਾ, ਜਦੋਂ ਬੁਲਾਵਾ ਆ ਜਾਂਦਾ ਇਨਸਾਨ ਨੂੰ ਜਾਣਾ ਪੈਂਦਾ ਹੈ। ਇਸ ਕਰਕੇ ਜਿੰਨੀ ਵੀ ਸਵਾਸਾਂ ਦੀ ਮਾਲਕ ਨੇ ਪੂੰਜੀ ਬਖਸ਼ੀ ਹੈ, ਉਸ ਨੂੰ ਨਿਰਮਤਾ ਨਾਲ ਬਸਰ ਕਰੀਏ। ਕਦੇ ਵੀ ਕਿਸੇ ਨਾਲ ਉੱਚੇ ਦੀ ਵੀ ਬੋਲ ਨਾ ਬੋਲੀਏ, ਕਿਉਂਕਿ ਇੱਥੇ ਭਾਈ ਮੇਰੀ ਵਾਲਾ ਕੋਈ ਨਹੀਂ ਰਿਹਾ। ਮੇਰੀ ਮੇਰੀ ਕੈਰੋ ਕਰਤਾ ਦਰਦੋਜਨ ਕੇ ਬਾਈ, ਬਾਰਾਂ ਜੋਜਨ ਛਤਰ ਚਲੇ ਥੈ ਦੇਹੀ ਗਿਰਜ ਨਾ ਖਾਈ। ਸਰਵ ਸੋਨ ਕੀ ਲੰਕਾ ਹੋਤੀ, ਰਾਵਣ ਸੇ ਅਧਕਾਈ, ਕਹਾਂ ਦਰ ਪੈ ਬਾਂਧਿਓ ਹਾਥੀ, ਛਿਦਵੇਂ ਪਈ ਕਰਾਈ। ਇੱਕ ਛਿਣ ਦੇ ਵਿੱਚ ਸਭ ਕੁਝ ਪਰਾਇਆ ਹੋ ਜਾਂਦਾ ਹੈ। ਇਨਸਾਨ ਮੇਰੀ ਮੇਰੀ ਕਰਦਾ ਹੈ, ਪਰ ਇਹਦਾ ਮਤਲਬ ਇਹ ਨਹੀਂ ਕਿ ਕਿਰਤ ਕਮਾਈ ਨਹੀਂ ਕਰਨੀ। ਕਿਰਤ ਕਮਾਈ ਕਰਨੀ ਹੈ, ਨਾਲ ਨਾਲ ਜੋ ਤੇਰਾ ਅਸਲੀ ਕੰਮ ਹੈ, ਕਿਹੜੇ ਕੰਮ ਲਈ ਤੂੰ ਆਇਆ ਹੈ ਭਾਈ, ਉਹ ਕੰਮ ਛੱਡ ਬੈਠਾ। ਗੁਰਬਾਣੀ ਪਰਮਾਉਂਦੀ ਕਿ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ। ਜੋ ਬੋਲੇ ਸੁਣ ਰਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ। ਹਰੀ ਓਮ ਸਲੋਕ ਮੇ ਗੁਰੂ ਵਾਲਮੀਕ, ਤ੍ਰੈ ਲੋਕ ਮੇ ਅਗਾਜਤ ਪਿਓ ਅਨੰਦ, ਬ੍ਰਹਮਾ ਵਿਸ਼ਨੂੰ ਪਕਾਰ ਦੇ ਫਲ ਹੋਏ ਗੋਬਿੰਦ, ਤੀਨ ਲੋਕ ਯਸ ਕਰਨ ਤੋ ਸੰਸੰਗ ਰੀ ਪੁਕਾਰ। ਸਿੱਧ ਮਨੀਸ਼ਵਰ ਗੁਰੂ ਜੀ ਨੂੰ ਗਾਉਂਦੇ ਵੇਦ ਪਰਾ। ਸ਼੍ਰੀ
ਸ਼ਿਵ ਜੀ ਬੈਠ ਕਲਾਸ਼ ਕੇ ਤਰ ਪਾਰਵਤੀ ਤੇਰਾ ਧਿਆਨ ਜਗੈ ਜੋਤ ਨਿਰਮਲਾ ਪੂਰਣ ਕਰ ਵਿਸ਼ਰਾਮ ਜੈ ਭਾਰਦਵਾਜ ਬਲਰਾਜ ਸਭ ਕਰ ਰਹੇ ਪ੍ਰਣਾਮ ਲੱਖ ਚੁਰਾਸੀ ਵੇਦ ਨੀ ਓਮ ਪਾਵੈ ਪਦ ਨਿਰਵਾਣ ਸ਼੍ਰੀ ਗੁਰੂ ਵਾਲਮੀਕ ਭਗਵਾਨ ਕੀ ਜੈ ਅਰਦਾਸ ਸ਼੍ਰੀ ਸਤਿਗੁਰੁ ਜੀ ਅਰਦਾਸ ਹਮਾਰੀ ਸਨਮੁਖ ਲੀਜੋ ਭੇਟ ਮਰਾਰੀ ਮਾਤ ਪਿਤਾ ਸਭ ਤੁਮ ਰਖਵਾਲੇ ਗਮ ਬਾਲਕ ਸਭ ਦੀਨ ਤੁਮਾਰੇ ਪ੍ਰਾਣ ਪਿੰਡ ਸਭ ਤੁਮਰੇ ਹਾਥ ਸ਼ਰਨਾਗਤ ਪਤ ਰੱਖੋ ਨਾਥ ਸਗਲ ਸਮੱਗਰੀ ਤੁਮਰੇ ਆਗੈ ਹੇ ਸਤਿਗੁਰੁ ਜੀ ਤੁਮਰੀ ਰਸਨਾ ਲਾਗੈ ਰਸਨਾ ਕੋਸ਼ੀ ਤਰ ਪ੍ਰਸ਼ਾਦ ਹਰ ਸੇਵ ਕੋਂਗੇ ਕੂਟ ਅਪਾਦ ਦੋਈ ਕਰ ਜੋੜ ਕਰੂੰ ਅਰਦਾਸ ਪੂਰਨ ਕਰੋ ਸਭਨਾ ਦੀ ਆਸ ਸਭ ਗੁਰੂ ਮੈਂ ਆਦਿ ਕਹਾਹੇ ਤੀਨ ਲੋਕ ਮਿਲ ਮੰਗਲ ਗਾਹੇ ਚਾਰ ਵਰਨ ਮੈਂ ਘਰ ਘਰ ਪੂਜਾ ਸ਼੍ਰੀ ਗੁਰੂ ਵਾਲਮੀਕ ਬਿਨ ਦੇਵ ਨਾ ਦੂਜਾ ਸੰਤਾਂ ਭਗਤਾਂ ਦੇ ਕਾਰਜ ਸਵਾਰੈ ਸੰਗਤ ਖੜੀ ਅਰਦਾਸ ਉਚਾਰੇ ਕਰ ਕਿਰਪਾ ਵਰਦੀ ਜੋ ਸੁਆਮੀ ਸ਼੍ਰੀ ਗੁਰੂ ਵਾਲਮੀਕ ਮਹਾਰਾਜ ਜੀ ਅੰਤਰ ਜਾਮੀ ਦੋਹਰਾ ਪਾਂਡਵ ਕਾ ਜਗ ਪੂਰਿਆ ਗੁਰੂ ਗਰੀਬ ਨਵਾਜ ਮਨੋ ਸੰਗਤ ਕੀ ਬੇਨਤੀ ਮੇਰੇ ਸਤਿਗੁਰ ਰੱਖਿਓ ਸ਼੍ਰੀ ਗੁਰੂ ਵਾਲਮੀਕ ਭਗਵਾਨ ਕੀ ਜੈ ਧੰਨ ਧੰਨ ਸ਼੍ਰੀ ਗੁਰੂ ਵਾਲਮੀਕ ਮਹਾਰਾਜ ਜੀ ਹੋ ਅਜਰ ਅੰਮ੍ਰਿਤ ਰਹਿ ਕਾਲਦਰਸ਼ੀ ਸਗਲ ਸ੍ਰਿਸ਼ਟੀ ਦੇ ਮਾਲਕ ਆਦਿ ਗੁਰੂ ਜਗਾਦ ਗੁਰੂ ਜਗਤ ਗੁਰੂ ਜੀ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦਰੀ ਹੈ ਪ੍ਰਵਾਨ ਕਰਨੀ ਸ਼੍ਰੀ ਗੁਰੂ ਵਾਲਮੀਕ ਮਹਾਰਾਜ ਜੀ ਆਪ ਜੀ ਦੇ ਦਰੋਂ ਗੁਰੂ ਪ੍ਰਥਾਏ ਸ਼੍ਰੀ ਪਿਆਰਾ ਲਾਲ ਜੀ ਜਿਤਨੀ ਆਪ ਜੀ ਨੇ ਸਵਾਸਾਂ ਦੀ ਪੂੰਜੀ ਬਖਸ਼ੀ ਉਸਨੂੰ ਭੋਗਦੇ ਹੋਏ ਸੰਸਾਰ ਦੀ ਯਾਤਰਾ ਕਰਦੇ ਹੋਏ ਪਰਿਵਾਰ ਦੀ ਪਾਲ ਪੋਸ਼ਣਾ ਕਰਦੇ ਹੋਏ ਕੁਝ ਦਿਨ ਪਹਿਲਾਂ ਪਰਲੋਕ ਗਮਨ ਕਰ ਗਿਆ ਉਹਨਾਂ ਦੀ ਆਤਮ ਸ਼ਾਂਤੀ ਵਾਸਤੇ ਪਿੱਛੋਂ ਪਰਿਵਾਰ ਨੇ ਆਪ ਜੀ ਦੇ ਪਾਣੀ ਨੂੰ ਮੰਨਿਆ ਆਪ ਜੀ ਦੀ ਅਮਰ ਕਥਾ ਦੇ ਜਾਪ ਕਰਵਾਇਆ ਉਪਰੰਤ ਆਪ ਜੀ ਦੀ ਬਾਣੀ ਦਾ ਸਤਸੰਗ ਤਨ ਤਨ ਸ਼੍ਰੀ ਗੁਰੂ ਵਾਲਮੀਕ ਮਹਾਰਾਜ ਜੀ ਹੋਇਆ ਇਸ ਬਾਣੀ ਦਾ ਭਾਵ ਅਤੇ ਸਤਸੰਗ ਦਾ ਭਾਵ ਇਸਦੀ ਰੂਹ ਨੂੰ ਪ੍ਰਵਾਨ ਕਰਨਾ ਸ਼੍ਰੀ ਗੁਰੂ ਵਾਲਮੀਕ ਮਹਾਰਾਜ ਜੀ ਜਿਸ ਤਰ੍ਹਾਂ ਆਪ ਜੀ ਨੇ ਭਾਰਦਵਾਜ ਜੀ ਨੂੰ ਤਾਰਿਆ ਅਸ਼ਟਨੇਮੀ ਨੂੰ ਤਾਰਿਆ ਕਾਕ ਸੁੰਦਰ ਨੂੰ ਤਾਰਿਆ ਸੀਤਾ ਮਾਤਾ ਦੀ ਰੱਖਿਆ ਕੀਤੀ ਦੁਆਪਰ ਯੁੱਗ ਵਿੱਚ ਆਪ ਜੀ ਨੇ ਪਾਂਡਵਾਂ ਦੇ ਯੱਗ ਸੰਪੂਰਨ ਕੀਤੇ ਦਰੋਪਦਾ ਦੀ ਸ਼ੰਕਾ ਨੂੰ ਦੂਰ ਕੀਤਾ ਉਸ ਨੂੰ ਉਸਦੇ ਇੱਕ ਇੱਕ ਕਦਮ ਦਾ ਫਲ ਬਖਸ਼ਿਸ਼ ਕੀਤਾ ਧੰਨ ਧੰਨ ਸ਼੍ਰੀ ਗੁਰੂ ਵਾਲਮੀਕ ਮਹਾਰਾਜ ਜੀ ਇਸੇ ਤਰ੍ਹਾਂ ਪਰਿਵਾਰ ਨੇ ਉਹਨਾਂ ਦੇ ਨਾਂ ਤੇ ਜੋ ਵੀ ਪੁੰਨ ਦਾਨ ਕੀਤਾ ਕਰਕੇ ਪੈਣੇ ਸਹਾਇ ਕਰਨਾ ਸ਼੍ਰੀ ਗੁਰੂ ਵਾਲਮੀਕ ਮਹਾਰਾਜ ਜੀ ਪੁੰਨ ਦਾਨ ਜੋ ਬੀਜਦਾ ਸਭ ਧਰਮ ਰਾਏ ਕੋਈ ਜਾਏ ਸ਼੍ਰੀ ਗੁਰੂ ਵਾਲਮੀਕ ਮਹਾਰਾਜ ਜੀਓ ਕਰੋ ਕਿਰਪਾ ਪਰਿਵਾਰ ਨੂੰ ਚੜ੍ਹਦੀ ਕਲਾ ਦੇ ਹਰਮ ਦਾਨ ਦੀ ਫਤਿਹ ਬਖਸ਼ਣੀ ਸ਼੍ਰੀ ਗੁਰੂ ਵਾਲਮੀਕ ਮਹਾਰਾਜ ਜੀਓ ਧੰਨ ਧੰਨ ਸ਼੍ਰੀ ਗੁਰੂ ਵਾਲਮੀਕ ਮਹਾਰਾਜ ਜੀ ਆਪ ਸਭ ਕੁਝ ਕਰਨ ਹਾਰ ਅਸੀਂ ਕਲ ਯੁਗੀ ਜੀਵ ਹਾਂ ਭੁੱਲਣ ਹਾਰ ਹਾਂ ਤੁਸੀਂ ਬਖਸ਼ਿਸ਼ਾਂ ਦੇ ਭੰਡਾਰ ਹੋ ਮਿਹਰਾਂ ਦੇ ਭੰਡਾਰ ਹੋ ਯੁੱਗਾਂ ਯੁੱਗਾਂ ਤੋਂ ਬਖਸ਼ਦੇ ਆਏ ਹੋ ਸ਼੍ਰੀ ਗੁਰੂ ਵਾਲਮੀਕ ਮਹਾਰਾਜ ਜੀਓ ਆਪ ਜੀ ਦੀਆਂ ਦਿੱਤੀਆਂ ਦਾਤਾਂ ਵਿੱਚੋਂ ਪੰਚਮ ਕੜਾਹ ਪ੍ਰਸ਼ਾਦੀ ਦੇ ਹਾਜ਼ਰ ਹੈ ਧੰਨ ਧੰਨ ਸ਼੍ਰੀ ਗੁਰੂ ਵਾਲਮੀਕ ਮਹਾਰਾਜ ਜੀਓ ਆਪ ਜੀ ਕੋ ਰਸਮਾਂ ਕੋਲ ਲੱਗੇ ਭੋਗ ਮਿੱਟੇ ਲੋਕ ਸ਼੍ਰੀ ਗੁਰੂ ਵਾਲਮੀਕ ਮਹਾਰਾਜ ਜੀ ਦਿੱਤੀਆਂ ਦਾਤਾਂ ਵਿੱਚੋਂ ਲੋ ਲੰਗਰ ਤੱਪ ਕੇ ਹਾਜ਼ਰ ਹੋਇਆ ਸ਼੍ਰੀ ਗੁਰੂ ਵਾਲਮੀਕ ਮਹਾਰਾਜ ਜੀ ਆਪ ਜੀ ਕੋ ਰਸਮਾਂ ਕੋਲ ਲੱਗੇ ਭੋਗ ਮਿੱਟੇ ਲੋਕ ਸ਼੍ਰੀ ਗੁਰੂ ਵਾਲਮੀਕ ਮਹਾਰਾਜ ਜੀ ਆਪ ਜੀ ਨੇ ਦਿੱਤੀਆਂ ਦਾਤਾਂ ਵਿੱਚ ਸਗਲ ਸਮੱਗਰੀ ਹਾਜ਼ਰ ਹੈ ਬਸਤਰ ਜੋੜਾ ਸਭ ਕੁਝ ਭਾਂਡੇ ਸਭ ਕੁਝ ਹਾਜ਼ਰ ਹੈ ਸ਼੍ਰੀ ਗੁਰੂ ਵਾਲਮੀਕ ਮਹਾਰਾਜ ਜੀ ਕਰੋ ਕਿਰਪਾ ਆਪ ਜੀ ਦੀ ਅਮਰ ਕਥਾ ਦੀ ਬਾਣੀ ਯੁਗੋ ਯੁਗ ਅਟਲ ਹੈ ਰਾਮ ਕਥਾ ਯੁਗ ਯੁਗ ਅਟਲ ਸਭ ਕੋ ਭਗਤ ਨੀਤ ਸੁਰਗਵਾਸ ਰਘੁਵਰ ਕਰਾਂ ਸਗਰੀ ਪੁਰੀ ਸਮੇਤ ਚੌਪਈ ਜੋ ਇਹ ਕਥਾ ਸੁਣੇ ਔਰ ਗਾਵੇ ਦੂਖ ਪਾਪ ਤੈ ਨਿਕਟ ਨ ਆਵੇ
ਵਿਸ਼ਨ ਭਗਤ ਕੀ ਇਹ ਫਲ ਹੋਈ ਆਦ ਵਿਆਦ ਸਭ ਸਕੇ ਨਾ ਕੋਈ ਤੋਹਰਾ ਜੇ ਜੈ ਤੋਰੇ ਧਿਆਨ ਕੋ ਨਿਤ ਉਠ ਧਿਆਏ ਸੰਤ ਅੰਤ ਲਹੇਂਗੇ ਮੁਕਤ ਫਲ ਪਾਹੇਂਗੇ ਭਗਵੰਤ ਮਹਾਂਵਾਕਾ ਅਨੁਸਾਰ ਪਿਤਰ ਹੁਕਮ ਨਾਮੇ ਬਖਸ਼ਿਸ਼ ਕਰੋ ਜੀ ਸਮੂਹ ਸਾਧ ਜੀ ਨੂੰ ਪ੍ਰਕਾਰਤ ਕਰਨਾ ਜੋ ਵੀ ਪ੍ਰਾਣੀ ਆਪ ਜੀ ਦੇ ਦਰ ਤੇ ਆਵੇ ਸ੍ਰੀ ਗੁਰੂ ਗੋਬਿੰਦ ਮਹਾਰਾਜ ਜੀ ਸੋ ਰਾਜੀ ਚਾਹੇ ਜੋ ਆਪ ਜੀ ਦਾ ਸ਼ੀਤਲ ਪ੍ਰਸ਼ਾਦ ਛਕੇ ਸਵਾਸ ਸਵਾਸ ਆਪ ਜੀ ਦਾ ਹੀ ਨਾਮ ਜਪੇ ਨਾਮ ਜਿਤੇ ਆਵੇ ਨਾਮ ਕਾ ਸਦਕਾ ਸਰਬ ਸੁਖ ਹੋਵੇ ਜੋ ਬੋਲੇ ਸੁੰਦਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਅਕਸ਼ਰ ਕਾ ਵਾ ਸੈਲਾ ਮਿਲੋ ਪ੍ਰਲੋਕ ਮਾ ਮਨ ਮੇ ਜੋ ਖੋਜਤਾ ਕਾ ਕਰ ਦੇਤਾ ਮੋਖਿ ਲੇਖ ਮਨ ਕੇ ਚਾਰੇ ਧਾਨਾ ਧਿਆਨ ਲਗਾਏ ਸੁਰਤ ਸ਼ਬਦ ਕੋ ਮੇਲ ਕਰ ਪ੍ਰਭੁ ਵਾਲਮੀਕਿ ਤੁਮਰਾ ਦਰਸ਼ਨ ਪਾਏ ਸਤ ਚਿਤ ਆਨੰਦ ਰੂਪ ਆਤਮਾ ਕੋ ਨਮਸਕਾਰ ਹੈ ਜਿਸ ਇਹ ਸਭ ਭਾਸਤੇ ਹੈ ਔਰ ਜਿਸ ਵੀ ਇਹ ਸਭ ਲੀਨ ਔਰ ਸਭ ਸਥਿਤ ਹੋਤੇ ਔਰ ਜਿਸੇ ਗਿਆਤ ਗਿਆਨ ਕੀ ਦ੍ਰਿਸ਼ਟਾ ਦਰਸ਼ਨ ਦ੍ਰਿਸ਼ ਔਰ ਕਰਤਾ ਕਾਰਨ ਕਿਰਿਆ ਸਿਧ ਹੋਤੇ ਔਰ ਜਿਸ ਆਨੰਦ ਕੇ ਕਾਰਨ ਸਮੁੰਦਰ ਕੇ ਕਣ ਸੇ ਸੰਪੂਰਨ ਵਿਸ਼ਵ ਆਨੰਦਵਾਨ ਹੈ ਔਰ ਜਿਸ ਆਨੰਦ ਕੇ ਸਭ ਜੀਵ ਜੀਤੇ ਅਗਤ ਜੀ ਕੇ ਸ਼ਿਸ਼ ਸੁਤੀਕਸ਼ਣ ਕੇ ਮਨ ਮੇ ਏਕ ਸੰਸੇਤ ਪਨ ਹੁਆ ਤਬ ਵੇ ਉਸਕੇ ਨਿਰਵਿਰਤ ਕਰਨੇ ਅਰਥ ਅਗਸਤ ਮੁਨੀ ਕੇ ਆਸ਼ਰਮ ਕੋ ਗਿਆ ਔਰ ਵਿਧੀ ਸੰਯੁਕਤ ਪ੍ਰਣਾਮ ਕਰਕੇ ਨਿਮਰਤਾ ਭਾਵ ਸੇ ਪ੍ਰਸ਼ਨ ਕੀਆ ਹੇ ਭਗਵਨ ਸਰਬਤ ਤੱਤਵ ਗਿਆਨ ਔਰ ਸਰਬ ਸ਼ਾਸਤਰੋਂ ਕੇ ਗਿਆਤਾ ਏਕ ਸੰਸਾ ਮੁਝ ਕੋ ਹੈ ਸੋ ਤੁਮ ਕਹੋ ਇਤਨਾ ਸੁਣ ਬੋਲੇ ਅਗਸਤ ਜੀ ਬੋਲੇ ਹੇ ਬ੍ਰਾਹਮਣ ਕੇਵਲ ਕਰਮ ਮੋਕੇ ਕਾ ਕਰ ਨਹੀਂ ਔਰ ਕੇਵਲ ਗਿਆਨ ਸੇ ਮੋਖ ਪ੍ਰਾਪਤ ਨਹੀਂ ਹੋਤਾ ਜੋ ਬੋਲੇ ਸੋ ਨਿਰਵੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ਼੍ਰੀ ਸ਼੍ਰੀ ਸਵਤ ਸਤਿਗੁਰੂ ਗੁਰੂ ਗਿਆਨਨਾਥ ਮਹਾਰਾਜ ਕੀ ਜੈ ਜੋ ਬੋਲੇ ਸੁੰਦਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸੋ ਗੁਰੂ ਭਾਈ ਸਾਹਿਬ ਸਿੰਘ ਜੋ ਜਿਸ ਤਰ੍ਹਾਂ ਜੋ ਰਸਮਾਂ ਹਨ ਉਹਨਾਂ ਨੂੰ ਨਵਾਉਂਦੇ ਹੈ ਪਰਿਵਾਰ ਨੇ ਪਗੜੀ ਦੀ ਰਸਮ ਹੋਵੇਗੀ ਗੁਰੂ ਭਾਈ ਸਾਧ ਸਿੰਘ ਜੀ ਹੋ ਗਈ ਸੋ ਸਰਬਜੀਤ ਨੂੰ ਬੇਨਤੀ ਹੈ ਗੁਰੂ ਮਹਾਰਾਜ ਜੀ ਜੀ ਬੈਠਣ ਦੀ ਕਿਰਪਾਲਤਾ ਕਰਨ ਜੋ ਕਿ ਪਗੜੀ ਦੀ ਰਸਮ ਹੋਵੇਗੀ ਉਸ ਤੋਂ ਉਪਰੰਤ ਗੁਰੂ ਮਹਾਰਾਜ ਜੀ ਦੇ
ਸਭ ਨੇ ਲੰਗਰ ਪ੍ਰਸ਼ਾਦੇ ਛੱਕ ਕੇ ਜਾਣਾ ਹੈ। ਸੋ ਦੂਸਰੀ ਬੇਨਤੀ ਦਾਸ ਦੀ ਇਹ ਹੈ, ਸਮੂਹ ਪ੍ਰਬੰਧਕ ਕਮੇਟੀ ਨੂੰ ਕਾਦੂਗੜ ਕਲੋਨੀਆਂ ਦੀ ਨੂੰ ਕਿ ਸ਼੍ਰੀ ਪਿਆਰਾ ਲਾਲ ਜੀ ਦੇ ਸਰੂਪ ਵੱਡੇ ਬਣਾ ਕੇ ਉੱਧਰ ਗੁਰੂ ਮਹਾਰਾਜ ਜੀ ਦੇ ਪ੍ਰਹਿਮਾਲਿਆਂ ਵਿੱਚ ਜ਼ਰੂਰ ਲਗਾਏ ਜਾਣ, ਕਿਉਂਕਿ ਉਹਨਾਂ ਦੀ ਬਹੁਤ ਦੇਣ ਹੈ, ਬਹੁਤ ਦੇਣ ਹੈ ਇਸ ਮੰਦਰ ਨੂੰ ਜੀ। ਜਿੰਨੇ ਵੀ ਪ੍ਰਬੰਧਕ ਕਮੇਟੀ ਹੈ ਕਿ ਮਹਾਰਾਜ ਦੇ ਪ੍ਰਹਿਮਾਲਿਆਂ ਵਿੱਚ ਉਹਨਾਂ ਦਾ ਸਰੂਪ ਲਗਾ ਕੇ, ਇਹੀ ਸੱਚੀ ਸ਼ਰਧਾਂਜਲੀ ਹੈ ਗੁਰੂ ਭਾਈ ਸਾਹਿਬ ਸਿੰਘ ਜੀ, ਕਿਉਂਕਿ ਜਾਣਾ ਸਭ ਨੇ ਗੁਰੂ ਭਾਈ ਸਾਹਿਬ ਸਿੰਘ ਜੀ ਹੋ, ਨਾਮ ਰਹੂਗਾ ਰਹਿਣਗੇ ਸਾਧੂ, ਬਾਕੀ ਸਭ ਝੂਠੀ ਦੁਨੀਆ ਪਾਈ। ਜਿਹੜਾ ਨਾਮ ਨਾਲ ਜੁੜ ਜਾਂਦਾ ਉਹਦਾ ਨਾਮ ਸਦਾ ਲਈ ਰਹਿ ਜਾਂਦਾ ਹੈ, ਇਸ ਕਰਕੇ ਅਮਰ ਹੋ ਜਾਂਦੀਆਂ ਨੇ ਉਹ ਰੂਹਾਂ ਜੋ ਗੁਰੂ ਘਰ ਦੀਆਂ ਸੇਵਾ ਕਰਦੀਆਂ ਹਨ, ਗੁਰੂ ਨਾਲ ਚਰਨਾਂ ਨਾਲ ਸੰਗਤਾਂ ਨੂੰ ਜੋੜਦੀਆਂ ਹਨ। ਸੁਦਾਸ ਦੀ ਬੇਨਤੀ ਪ੍ਰਵਾਨ ਕਰਨੀ ਸੁਨਾਕਰ ਨਾਮ ਸਿੰਘ ਜੀ, ਜਿੰਨੀ ਵੀ ਪ੍ਰਬੰਧਕ ਕਮੇਟੀ ਹੈ ਗੁਰੂ ਭਾਈ ਸਾਹਿਬ ਸਿੰਘ ਜੀ, ਉਹ ਇਸ ਤਰ੍ਹਾਂ ਦੀਆਂ ਰੂਹਾਂ ਜੋ ਕਿਰਤ ਕਮਾਈ ਕਰਕੇ ਨਾਲ ਨਾਲ ਸੇਵਾ, ਕਿਉਂਕਿ ਦੋ ਰਾਹ ਹਨ ਭਾਈ, ਇੱਕ ਨਾਮ ਜਪਣਾ, ਦੂਜਾ ਸਿਮਰਨ। ਸੇਵਾ ਤੇ ਸਿਮਰਨ ਜਿਹੜੇ ਕਰਦੇ ਇਨਸਾਨ ਜੀ, ਉਹਨਾਂ ਦੇ ਕਸ਼ਟ ਨਿਵਾਰੇ ਆਪ ਭਗਵਾਨ ਜੀ। ਭਾਈ ਜਾਣਾ ਸਭ ਨੇ, ਕੁਝ ਕਰਕੇ ਜਾਣਾ ਇਹ ਵੱਖਰੀ ਗੱਲ ਹੈ। ਸੋ ਆਓ ਪਗੜੀ ਦੀ ਰਸਮ ਹੋਵੇਗੀ। ਜੋ ਬੋਲੇ ਸੋ ਨਿਰਭੈ, ਭਗਵਾਨ ਵਾਲਮੀਕ ਮਹਾਰਾਜ ਕੀ ਜੈ। ਸ੍ਰੀ ਸ੍ਰੀ ਅਕਸਵਟ ਸਤਿਗੁਰੂ ਗੁਰੂ ਗਿਆਨ ਨਾਥ ਮਹਾਰਾਜ ਕੀ ਜੈ।
ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ। ਸਰਗਵਾਸੀ ਸ਼੍ਰੀ ਪਿਆਰਾ ਲਾਲ ਜੀ ਉਹਨਾਂ ਦੇ ਨਾਲ ਬਹੁਤ ਸਾਥੀ ਰਹੇ, ਸਰਦਾਰ ਗੁਰਨਾਮ ਸਿੰਘ ਜੀ 2 ਮਿੰਟ ਲਈ, ਉਹਨਾਂ ਨੂੰ ਸੱਚੀ ਸ਼ਰਧਾਂਜਲੀ ਤੇ ਸਾਰੀ ਸੰਗਤ ਨੂੰ ਉਹਨਾਂ ਦੇ ਕੀਤੇ ਹੋਏ ਕੰਮਾਂ ਤੋਂ ਜਾਣੂ ਕਰਵਾਉਣਗੇ। ਸਰਦਾਰ ਗੁਰਨਾਮ ਸਿੰਘ ਜੀ ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ। ਜੋ ਸਿੱਧੀ ਬਾਣੀ ਦੀ ਪਾਵਨ ਤੇ ਪਵਿੱਤਰ ਨਿੱਘੀ ਗੋਦ ਵਿੱਚ ਜੁੜ ਬੈਠੀ ਸਾਧ ਸਿੰਘ ਜੀ ਸੰਗਤ ਦੇ ਰੂਪ ਚ ਬੈਠੇ, ਬਹੁਤ ਹੀ ਸਤਿਕਾਰ ਦੇ ਯੋਗ ਦੂਰਾਂ ਨੇੜਿਆਂ ਤੋਂ ਆਏ ਹੋਏ ਸਾਧ ਸੰਬੰਧੀ ਸੱਜਣ ਮਿੱਤਰ ਯਾਰ ਦੋਸਤ ਭੈਣ ਭਰਾ, ਅੱਜ ਆਪਾਂ ਉਹਨਾਂ ਦੀ ਉਸ ਮਹਾਨ ਸ਼ੀਸ਼ਕ ਦੀ ਅੰਤਮ ਅਰਦਾਸ ਤੇ ਇਕੱਠੇ ਹੋਏ ਹਾਂ। ਸ਼੍ਰੀ ਪਿਆਰੇ ਲਾਲ ਜੀ ਜਿਹੜੀ 19 ਤਰੀਕ ਨੂੰ ਲਗਭਗ 7:30 ਵਜੇ ਦੇ ਕਰੀਬ ਸਾਨੂੰ ਸੰਦੀਪੀ ਵਿਛੋੜਾ ਦੇ ਫਰੀਦ ਜੀ ਦੇ ਸਲੋਕ ਇੱਥੇ ਪਿਆਰਾ ਲਾਲ ਜੀ ਤੇ ਬਹੁਤ ਟੁੱਕਦੇ ਨੇ। ਫਰੀਦਾ ਦਰਿਆਵੇ ਕੰਢੇ ਬੰਗਲਾ ਬੈਠਾ ਖੇਲ ਕਰੇ ਕੇਲ ਕਰਿੰਦੇ ਹੰਚ ਨੂੰ ਅਚੇਤੇ ਵਾਸ ਇੱਕ ਦਮ ਸਾਡੇ ਤੋਂ ਵਿਛੜ ਜਾਣਾ, ਰੋਜ਼ ਦੀ ਤਰ੍ਹਾਂ ਨਿਤਨੇਮ ਕਰਕੇ ਆਪਣੀ ਡਿਊਟੀ ਨਿਭਾਉਂਦਿਆਂ ਹੋਇਆ ਰੂਟੀਨ ਦੇ ਵਿੱਚ ਜਿਸ ਤਰ੍ਹਾਂ ਅੱਗੇ ਵੀ ਦੁੱਧ ਲੈਣ ਜਾਇਆ ਕਰਦੇ ਸੀ, 19 ਤਰੀਕ ਨੂੰ ਵੀ 7 ਵਜੇ ਦੇ ਕਰੀਬ ਦੁੱਧ ਲੈਣ ਲੈ ਪਰ ਵਾਪਸ ਨਹੀਂ ਆਈ। ਚਲ ਸਾਰਿਆਂ ਨੇ ਜਾਣਾ ਪਰ ਐਸੀ ਮੌਤ ਉਹਨਾਂ ਲੋਕਾਂ ਨੂੰ ਨਸੀਬ ਹੁੰਦੀ ਹੈ ਜਿਹੜੇ ਗੁਰੂ ਦੇ ਨਾਲ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਂਦੇ ਆ। ਮੂੰਹ ਦੇ ਵਿੱਚੋਂ ਹਾਏ ਵੀ ਨਹੀਂ ਨਿਕਲੀ, ਜਾਪ ਕਰਦੇ ਗਏ ਤੇ ਜਾਪ ਕਰਦੇ ਤੁਰ ਗਏ। ਇੱਕ ਉਹਨਾਂ ਦੀ ਖਾਸ਼ਿਸ਼ ਸੀ, ਸਵੇਰ ਨੂੰ ਜਦੋਂ ਨਿਤਨੇਮ ਕਰਦੇ ਸੀ ਤੇ ਇੱਕ ਸ਼ਬਦ ਗਾਇਆ ਕਰਦੇ ਸੀ, ਆਓ ਸਵਰਗਾਂ ਤੇ ਹਾਜ਼ਰੀ ਲਵਾ ਲਈਏ ਧੰਨ ਪ੍ਰਭੂ ਵਾਲਮੀਕ ਦੇ ਤੇ ਵਾਕਿਆ ਹੀ ਗਈ ਸਵਰਗਾਂ ਤੇ ਹਾਜ਼ਰੀ ਨਿਤਨੇਮ ਕਰਦੇ ਤੁਰ ਗਏ। ਅੱਜ ਜਿੰਨੇ ਵੀ ਪਿੰਡਾਂ ਦੇ ਭਗਵਾਨ ਵਾਲਮੀਕ ਮਹਾਰਾਜ ਦੇ ਸਭਾ ਦੇ ਪ੍ਰਧਾਨ ਹਨ ਸਾਰੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਆ। ਦਵੁਰਜੀ ਤੋਂ ਮੇਰੇ ਵੀਰ ਦਵੁਰਜੀ ਤੋਂ ਪ੍ਰਧਾਨ ਪਵਨ ਕੁਮਾਰ ਜੀ, ਮੇਰੇ ਵੱਡੇ ਵੀਰ ਲਾਲ ਚੰਦ ਜੀ, ਹੰਸ ਰਾਜ ਜੀ ਸਰਬੰਸ ਸਾਹਿਬ ਦਵੁਰਜੀ ਤੋਂ, ਗੁਲਜ਼ਾਰ ਸਿੰਘ ਜੀ, ਮੇਰੇ ਗੁਰੂ ਜੀ ਕਰਮ ਸਿੰਘ ਜੀ, ਤੇ ਖਾਸ ਕਰਕੇ ਨੂਰਪੁਰ ਜਥੇ ਦਾ ਮੰਤਰੀ ਦੇ ਲੋਕਾਂ ਨਾਲ ਦੇ ਜਿਨ੍ਹਾਂ ਨੇ ਬਾਣੀ ਦੇ ਨਾਲ ਸਾਡੀ ਸੰਗਤ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਤੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਵੀ ਕੀਤੇ। ਕਹਿਣ ਲਈ ਬੜਾ ਕੁਛ ਹੈ, ਮੌਤ ਲਈ ਜਿੰਨਾ ਵੀ ਬੋਲਿਆ ਜਾਵੇ ਥੋੜ੍ਹਾ
ਕੌਮੀ ਗਿਆਨ ਪ੍ਰਕਾਸ਼ ਦੇ ਵਿੱਚ ਗੁਰੂ ਗਿਆਨ ਨਾਥ ਮਹਾਰਾਜ ਜੀ ਲਿਖਦੇ ਨੇ, ਬੰਦਾ ਭੇਜਿਆ ਅਕਾਲ ਪੁਰਖ ਨੇ, ਡੇਗੇ ਆਪਣਾ ਗਹੋ ਜਲਾਲ, ਈਸ਼ਵਰ ਭੇਜੀ ਮੌਤ ਵੀ ਹਰ ਪ੍ਰਾਣੀ ਦੇ ਸਾਸਾਂ ਨਾਲ। ਸੋ ਪਿਆਰੀ ਸਾਧ ਸੰਗਤ ਜੀ, ਸਾਨੂੰ ਜਿਹੜੀ 19 ਤਰੀਕ ਹੈ ਉਹ ਹਮੇਸ਼ਾ ਯਾਦ ਰੱਖਦੇ, ਸਾਡੇ ਲਈ ਇਹ ਦਿਨ ਜਿਹੜਾ ਇੱਕ ਯਾਦਗਾਰੀ ਦਿਨ ਜਿਹੜਾ ਰਹਿਣਾ ਹੈ ਨਾ। ਅਸੀਂ ਸਾਰੀ ਸਮੁੱਚੀ ਪੰਚਾਇਤ ਵੱਲੋਂ ਔਰ ਪਿੰਡ ਦੇ ਵਾਲਮੀਕ ਸਭਾ ਵੱਲੋਂ ਮੈਂ ਬਾਬਾ ਪੈਰਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਤੇ ਅਰਦਾਸ ਕਰਦਾ ਗੁਰੂ ਦੇ ਚਰਨਾਂ ਦੇ ਵਿੱਚ। ਇਹ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਪਿਆਰੇ ਲਾਲ ਜੀ ਆਪਣੀ ਕਿਰਤ ਕਮਾਈ ਕਰਦਿਆਂ ਹੋਇਆ ਦਹਾਂ ਨੌਹਾਂ ਦੀ ਕਿਰਤ ਕਰਕੇ ਆਪਣੇ ਬੱਚਿਆਂ ਦਾ ਜੀਵਨ ਬਹੁਤ ਵਧੀਆ ਨਿਭਾ ਕੇ ਔਰ ਪਰਮਾਤਮਾ ਦੇ ਨਾਲ ਵੀ ਜੁੜੇ ਰਹੇ। ਸੋ ਇਸੇ ਤਰ੍ਹਾਂ ਦਾ ਉਹਨਾਂ ਨੂੰ ਜੀਵਨ ਲੰਗਰ ਛਕੇ ਤੋਂ ਬਗੈਰ ਕਿਸੇ ਨੇ ਵੀ ਨਹੀਂ ਜਾਣਾ। ਸੋ ਅੱਜ ਦਾ ਜਿਹੜਾ ਸਾਨੂੰ ਹੁਕਮ ਲਾਇਆ ਸੰਤ ਚਰਨਦਾਸ ਜੀ ਨੇ ਕਿ ਉਹਨਾਂ ਦਾ ਜਿਹੜਾ ਸਰੂਪ ਹੈ ਉਹਨਾਂ ਦੀ ਯਾਦ ਲਈ ਮੰਦਿਰ ਦੇ ਵਿੱਚ ਉਹਨੂੰ ਬਹੁਤ ਵੱਡਾ ਲਗਾ ਕੇ ਉਹਨਾਂ ਨੂੰ ਜਿੱਦਾਂ ਨਿਤਨੇਮ ਕਰਦੇ ਚਲੇ ਗਏ ਉਹ ਹਮੇਸ਼ਾ ਉਹਨਾਂ ਦੀ ਹਾਜ਼ਰੀ ਜਿਹੜੀ ਹੈ ਉਹ ਦਰਬਾਰ ਦੇ ਵਿੱਚ ਲੱਗਦੀ ਹੈ। ਮੇਰੀ ਹੱਥ ਜੋੜ ਕੇ ਬੇਨਤੀ ਹੈ ਪ੍ਰਬੰਧਕ ਕਮੇਟੀ ਨੂੰ ਕਿ ਇਸ ਹੁਕਮ ਨੂੰ, ਕਿਉਂਕਿ ਸੰਤਾਂ ਦਾ ਹੁਕਮ ਹੁੰਦਾ ਹੈ, ਉਹਨਾਂ ਦਾ ਹੁਕਮ ਆਇਆ ਤੇ ਆਪਾਂ ਇਸ ਨੂੰ ਨਿਰਪਰੇ ਚੜ੍ਹਨਾ। ਤੇ ਮੈਂ ਇੱਕ ਹੋਰ ਮੈਂ ਬੇਨਤੀ ਕਰਨੀ ਚਾਹੁੰਦਾ ਆਪਣੇ ਪ੍ਰਬੰਧਕ ਕਮੇਟੀ ਨੂੰ, ਕਿਉਂਕਿ ਭਾਵੇਂ ਬਰਸੀ ਦੇ ਰੂਪ ਦੇ ਵਿੱਚ ਇਸੇ ਤਰ੍ਹਾਂ ਜਿਹੜਾ ਅੱਜ ਦੀ ਤਰੀਕ ਤੋਂ ਆਪਣੇ ਹਿਸਾਬ ਨਾਲ ਮਿਲ ਕੇ ਉਹਨਾਂ ਦਾ ਬਰਸੀ ਦਾ ਸਮਾਗਮ ਵੀ ਮਨਾਇਆ ਕਰੀਏ, ਕਿਉਂਕਿ ਵਾਕਈ ਉਹ ਸੰਤ ਸੀ। ਦੂਜੀ ਅੱਖ ਤੋਂ ਵੀ ਅੱਗੇ ਮਾੜਾ ਜਿਹਾ ਕਰ ਹੀ ਦਿਓ। ਚੱਲ ਚੱਲ ਉਧਰ ਮੈਂ ਹੋ ਜਾਊਂਗਾ।